ਕਪੂਰਥਲਾ ਵਿੱਚ ਅੱਜ ਦੁਪਹਿਰ ਇੱਕ ਨੌਜਵਾਨ ਫਿਲਮ ਸ਼ੋਲੇ ਦੀ ਤਰ੍ਹਾਂ ਪਾਣੀ ਦੀ ਟੈਂਕੀ ਤੇ ਚੜ ਗਿਆ ਅਤੇ ਆਪਣੀ ਪ੍ਰੇਮਿਕਾ ਨਾਲ ਵਿਆਹ ਨਾ ਹੋਣ ਕਾਰਨ ਛਾਲ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਇਸ ਸੰਬੰਧੀ ਥਾਣਾ ਸਿਟੀ ਪੁਲਿਸ ਨੂੰ ਸੂਚਨਾ ਮਿਲਣ ਤੇ ਉਹਨਾਂ ਨੇ ਅੱਧੇ ਘੰਟੇ ਦੀ ਮੁਸ਼ਕਲ ਤੋਂ ਬਾਅਦ ਨੌਜਵਾਨ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਥਾਣਾ ਸਿਟੀ ਦੇ SHO ਅਮਨਦੀਪ ਨਾਹਰ ਨੇ ਦੱਸਿਆ ਕਿ ਉਕਤ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਬੱਕਰਖਾਨਾ ਚੌਂਕ ਨੇੜੇ ਮਹਿਤਾਬਗੜ੍ਹ ਦਾ ਰਹਿਣ ਵਾਲਾ ਨੌਜਵਾਨ ਗੁਰਪਿੰਦਰ ਸਿੰਘ ਐਤਵਾਰ ਦੁਪਹਿਰ ਨੂੰ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਅਤੇ ਘਰ ਦੇ ਨੇੜੇ ਹੀ ਰਹਿੰਦੀ ਆਪਣੀ ਪ੍ਰੇਮਿਕਾ ਨਾਲ ਵਿਆਹ ਨਾ ਹੋਣ ਕਾਰਨ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਧਮਕੀ ਦੇਣ ਲੱਗਾ। ਇਹ ਘਟਨਾ ਪੂਰੀ ਇੱਕ ਫਿਲਮ ਦੇ ਸੀਨ ਤਰ੍ਹਾਂ ਲੱਗ ਰਹੀ ਸੀ। ਇਸ ਦੇ ਨਾਲ ਹੀ ਉਕਤ ਨੌਜਵਾਨ ਨੇ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਕਰ ਦਿੱਤੀ। ਸੂਤਰਾਂ ਦੀ ਮੰਨਿਆ ਤਾਂ ਉਕਤ ਨੌਜਵਾਨ ਜਿਸ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਉਹ ਨਾਬਾਲਗ ਹੈ। ਬਿਊਰੋ ਰਿਪੋਰਟ, ਜਨ ਕਲਿਆਣ TV। ਇਹ ਕੋਈ ਗੁਰਪਿੰਦਰ ਸਿੰਘ ਬੱਲੀ ਨਾਮ ਦਾ ਲੜਕਾ ਆ, ਮੁਹੱਲਾ ਮਹਿਤਾਬਗੜ੍ਹ ਦਾ ਰਹਿਣ ਵਾਲਾ ਸੀਗਾ। ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਲੜਕਾ ਉੱਪਰ ਟੈਂਕੀ 'ਤੇ, ਜਿਹੜੀ ਬੱਕਰਖਾਨਾ ਚੌਂਕ ਦੇ ਲਾਗੇ ਇੱਕ ਟੈਂਕੀ ਸੀ ਪਾਣੀ ਵਾਲੀ, ਉਹਦੇ ਉੱਪਰ ਚੜ੍ਹ ਕੇ ਅਤੇ ਮਰਨ ਦੀਆਂ ਧਮਕੀਆਂ ਦੇ ਰਿਹਾ ਸੀਗਾ। ਜੋ ਅਸੀਂ ਮੌਕੇ 'ਤੇ ਪਹੁੰਚ ਕੇ, ਅਸੀਂ ਸਾਡੇ ਜਿਹੜੇ ਮੁਲਾਜ਼ਮਾਂ ਨੇ ਬੜੀ ਸੂਝ ਬੂਝ ਦੇ ਨਾਲ ਇਹਨੂੰ ਟੈਂਕੀ ਦੇ ਉੱਪਰ ਉਤਾਰਿਆ ਅਤੇ ਇੱਥੇ ਲੈ ਕੇ ਆਉਂਦਾ। ਸਰ, ਇਹ ਕੀ ਮਾਮਲਾ ਕੀ ਹੈ ਕਿ ਟੈਂਕੀ ਦੇ? ਅਜੇ ਤੱਕ ਦੀ ਜਿਹੜੀ ਪੁੱਛਗਿੱਛ ਗੱਲ ਸਾਹਮਣੇ ਇਹ ਕਿ ਕੋਈ ਕਿਸੇ ਲੜਕੀ ਕੋਈ ਇਹਦੇ ਆਂਢ ਗੁਆਂਢੀ ਰਹਿੰਦੀ ਆ, ਉਹਦੇ ਨਾਲ ਮੈਰਿਜ ਕਰਵਾਉਣੀ ਚਾਹੁੰਦਾ ਸੀਗਾ ਅਤੇ ਉਸ ਕਰਕੇ ਉੱਥੇ ਚੜ੍ਹਿਆ ਟੈਂਕੀ। ਇਹ ਕਦੋਂ ਦਾ ਚੱਲ ਰਿਹਾ ਹੈ ਸੀਗਾ, ਕਿੰਨੇ ਕੁ ਵਜੇ ਦਾ ਚੜ੍ਹਿਆ ਅਤੇ ਕਿੰਨੇ ਕੁ ਟਾਈਮ ਹੋਏ ਚੜ੍ਹੇ? ਸਾਨੂੰ ਹੁਣ ਕਰੀਬ 12 ਕੁ ਵਜੇ ਦੇ ਲਾਗੇ ਇਨਫੋਰਮੇਸ਼ਨ ਮਿਲੀ ਸੀਗੀ ਅਤੇ ਇਹਨੂੰ ਅਸੀਂ ਅੱਧੇ ਕੁ ਘੰਟੇ ਦੇ ਵਿੱਚ ਇਹਨੂੰ ਟੈਂਕੀ ਦੇ ਵਿੱਚੋਂ ਕਰਕੇ ਓਪਰੇਸ਼ਨ ਕਰਕੇ ਉਤਾਰਿਆ। ਅਤੇ ਜਿਸ ਤਰ੍ਹਾਂ ਹੁਣ ਇਹਨੂੰ ਥਾਣੇ ਲੈ ਕੇ ਕੀ ਅਗਲੀ ਕਾਰਵਾਈ ਇੱਥੇ ਕਰ ਰਹੇ? ਪੁੱਛਗਿੱਛ ਕਰ ਰਹੇ ਹਾਂ ਅਤੇ ਜਿਹੜੀਆਂ ਵੀ ਬਣਦੀਆਂ ਸੈਕਸ਼ਨਸ ਹੋਗੀਆਂ ਉਹਦੇ ਮੁਤਾਬਕ ਇਹਦੇ 'ਤੇ ਕਾਰਵਾਈ ਕੀਤੀ ਜਾਵੇ। ਅਤੇ ਜਿਹੜੀ ਕੁੜੀ ਦੀ ਆਪਾਂ ਗੱਲ ਕਰੀਏ, ਉਹ ਕਿੱਥੇ ਰਹਿਣ ਵਾਲੀ ਕੁੜੀ? ਕੁੜੀ ਇਹਨਾਂ ਦੇ ਗੁਆਂਢ 'ਚ ਰਹਿੰਦੀ ਹੈ ਮੁਤਾਬਕ ਦੇ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ ਯੂਟਿਊਬ ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV।